ਸਤਿ ਸ੍ਰੀ ਅਕਾਲ ਜੀ। ਆਹ ਰੋਡ ਹੈ, ਪਿੰਡ ਹੈ ਸਾਡਾ ਰੱਥਕ। ਇੱਧਰੋਂ ਆ ਸੰਧ ਲੋ ਸੜਕ ਆਉਂਦੀ ਹੈ, ਇਹ ਸਿਰਸਲ ਰੋਡ ਹੈ, ਅੱਗੇ ਨਿਕਲ ਜਾਂਦੀ ਹੈ। ਆਹ ਸਰਪੰਚ ਸਾਹਿਬ ਨੇ ਉੱਚੀ ਗਲੀ ਹੋਈ ਜਿਹਦਾ ਨਾਂ ਹੈ ਸਾਡੇ ਪਿੰਡ ਰੱਥਕ ਦੇ ਵਿੱਚ ਉੱਚੀ ਗਲੀ। ਅਤੇ ਆਹ ਵੇਖੋ ਕਿੱਡੀ ਸੋਹਣੀ ਸ਼ਾਨਦਾਰ ਸੜਕ ਬਣਾਈ, ਦੋਵਾਂ ਪਾਸੇ ਪਾਣੀ ਵਾਲਾ ਨਾਲਾ ਵੀ ਬਣਾਇਆ ਹੈ, ਅਤੇ ਚੰਗਾ ਰੋੜਾ ਰਾੜਾ ਸੱਟ ਕੇ ਅਤੇ ਰੂਲਰ ਫੇਰ ਕੇ ਐਨ ਚੰਗੀ ਤਸੱਲੀ ਦੇ ਨਾਲ ਕੰਮ ਕੀਤਾ ਹੈ। ਅਤੇ ਮੈਂ ਪਿਛਲੀਆਂ ਦੋ ਤਿੰਨ ਵੀਡੀਓ ਦੇ ਵਿੱਚ ਵੀ ਤੁਹਾਨੂੰ ਇਹ ਕਿਹਾ ਸੀ ਕਿ ਆਪਣੇ ਪਿੰਡ ਦਾ ਵਿਕਾਸ ਜਿਹੜਾ ਰੱਥਕ ਪਿੰਡ ਦਾ ਵਿਕਾਸ ਬੁਲੰਦੀਆਂ ਦੇਵੇ। ਸਰਪੰਚ ਨੇ ਸੈਕਟਰੀ ਨੇ ਜਾਈ ਨੇ ਇਹ ਗੱਲ ਕਹੀ ਹੈ ਕਿ ਜਿਹੜਾ ਵੀ ਕੰਮ ਹੋਵੇਗਾ ਨਾ, ਬੇਸ਼ੱਕ ਥੋੜ੍ਹਾ ਹੋ ਜਾਵੇ ਪਰ ਕੰਮ ਮਜ਼ਬੂਤੀ ਦਾ ਹੋਵੇਗਾ, ਵੀ ਆਉਣ ਵਾਲੇ ਟਾਈਮ ਵਾਲੇ ਵੀ ਯਾਦ ਰੱਖਣਗੇ ਵਾਕਿਆ ਹੀ ਕੰਮ ਹੋਇਆ ਹੈ। ਇੱਕ ਉਹ ਸਾਹਮਣੇ ਵਾਲੀ ਗਲੀ ਹੈ, ਉਹ ਵੀ ਵੇਖੋ ਬੜੀ ਮਜ਼ਬੂਤ ਗਲੀ ਬਣ ਗਈ। ਉਹ ਨਿਰਮਲ ਸਿੰਘ ਮਹਿੰਦਰ ਸਿੰਘ ਦੇ ਘਰ ਨੂੰ ਜਾਂਦੀ ਹੈ, ਅਤੇ ਅੱਗੇ ਤੁਹਾਨੂੰ ਹੋਰ ਵਿਖਾ ਦਿੰਦੇ ਹਾਂ। ਆਹ ਵੇਖੋ ਗਲੀ ਦੀ ਮਜ਼ਬੂਤੀ। ਅਤੇ ਇਸ ਮੇਰੇ ਚੈਨਲ ਨੂੰ ਵੱਧ ਤੋਂ ਵੱਧ ਸ਼ੇਅਰ ਲਾਈਕ ਕਮੈਂਟ ਕਰਿਆ ਕਰੋ, ਅਤੇ ਯੂਟਿਊਬ 'ਤੇ ਜਾ ਕੇ ਸਰਚ ਕਰਕੇ ਦਲਬੀਰ ਝੀਂਡਾ ਰੱਥਕ ਦੇ ਨਾਮ ਦਾ ਚੈਨਲ ਨੂੰ ਸਬਸਕ੍ਰਾਈਬ ਕਰੋ ਅਤੇ ਲਾਈਕ ਕਮੈਂਟ ਕਰੋ। ਆਹ ਵੇਖੋ ਤੁਹਾਡੇ ਸਾਹਮਣੇ ਥੋੜ੍ਹਾ ਸੜਕ ਜਿਹੜੀ ਹੈ ਨਾ ਕਲੀਅਰ ਹੋ ਗਈ। ਕਈਆਂ ਦਿਨਾਂ ਦੀ ਨਾ ਮੈਂ ਪੰਜਾਬ ਟੁਰ ਗਿਆ ਸਾਂ, ਅਤੇ ਪੰਜਾਬ ਤੋਂ ਕੱਲ੍ਹ ਹੀ ਆਇਆ ਸਾਂ, ਅਤੇ ਅੱਜ ਫਿਰ ਪਿੰਡ ਦੌਰਾ ਸੀ, ਅਤੇ ਮੈਂ ਇਸ ਕਰਕੇ ਆ ਵਿਖਾਈ ਆ ਉੱਚੀ ਗਲੀ ਜਿਹੜੀ ਲੈਵਲ ਕਰਕੇ ਨਾ ਬਿਲਕੁਲ ਐਨ ਸੋਟੇ ਮਾਰ ਦਿੱਤੇ ਨੇ। ਅਤੇ ਇੱਕ ਪਰਾਂ ਹਰੀਜਨ ਅਤੇ ਬਾਲਮਿਕਾਂ ਦੀ ਭਰਾਵਾਂ ਦੀ ਸਾਂਝੀ ਗਲੀ ਸਿੱਕ, ਉਹ ਵੀ ਬੜੀ ਮਜ਼ਬੂਤ ਬੜੀ ਟੌਪ ਚੀਜ਼ ਬਣਾਈ ਤੀ। ਉਹ ਪਹਿਲਾਂ ਬਣਾਈ ਸੀ, ਇਹ ਬਾਅਦ 'ਚ ਬਣਾਈ ਹੈ, ਅਤੇ ਸਰਪੰਚ ਆਪਣਾ ਬੱਲੇ ਬੱਲੇ ਕਰੀ ਹੁੰਦਾ ਹੈ। ਮੈਂ ਤੁਹਾਨੂੰ ਅੱਗੇ ਵੀ ਆਖਿਆ ਵੀ ਕੰਮ ਭਾਵੇਂ ਥੋੜ੍ਹਾ ਹੋਵੇ, ਕੰਮ ਮਜ਼ਬੂਤੀ ਦਾ ਹੋਵੇਗਾ ਅਤੇ ਕੋਈ 10 ਸਾਲ ਘੱਟ 'ਤੇ ਜਾਏਗਾ। ਇਹ ਕੋਈ ਲੀਰਾਂ ਕੋ ਨਹੀਂ ਵਲੀਆਂ ਵੀ ਲੀਰਾਂ ਵਲੀਆਂ ਨੇ, ਕੰਮ ਮਜ਼ਬੂਤ ਹੋਇਆ ਆ। ਵੇਖੋ ਇੱਥੋਂ ਤੱਕ ਬਣੀ ਹੈ, ਆ ਕਹਿੰਦੇ ਪਹਿਲਾਂ ਬਣ ਚੁੱਕੀਆਂ ਸਨ। ਹੋਰ ਵੀ ਮੇਰੇ ਵੀਰ ਭਰਾ ਦੀ ਕਿਸੇ ਦੀ ਜਿਵੇਂ ਕਈ ਆਉਂਦੇ ਨੇ ਵੀ ਆ ਕੋਈ ਪੁਲੀ ਰਹਿ ਗਈ, ਕੋਈ ਛੋਟੀ ਮੋਟੀ ਚੀਜ਼ ਰਹਿ ਗਈ, ਕਹਿਣ ਦੀ ਲੋੜ ਹੀ ਕੋਈ ਨਹੀਂ, ਕਹਿਣ ਦੀ ਲੋੜ ਕੋਈ ਨਹੀਂ। ਤੁਹਾਡੇ ਪਿੰਡ ਦੇ ਵਿੱਚ ਤਾਂ ਆਵਾਜ਼ ਦੇਣਗੇ ਸੈਕਟਰੀ 'ਤੇ ਜਾਈ ਬਈ ਕੰਮ ਕਰਵਾ ਲਓ, ਕੰਮ ਕਰਵਾ ਲਓ ਆਪਣਾ। ਕੋਈ ਤੁਹਾਡਾ ਰਹਿੰਦਾ ਹੋਵੇ ਕੋਈ ਵੀ, ਕੋਈ ਪੁਲੀ ਵਾਲਾ, ਕੋਈ ਗੇਟ ਲੱਗੇ, ਜਿਵੇਂ ਪੁਲੀਆਂ ਹੁੰਦੀਆਂ ਨੇ ਟੁੱਟੀਆਂ ਭੱਜੀਆਂ, ਉਹ ਵੀ ਸਾਰੀਆਂ ਕਲੀਅਰ ਹੋਣਗੀਆਂ। ਇਸ ਮੇਰੀ ਵੀਡੀਓ ਨੂੰ ਦੱਬ ਕੇ ਵੱਧ ਕੇ ਸ਼ੇਅਰ ਕਰ ਦਿਆ ਕਰੋ, ਹੋਰ ਵੀ ਤੁਹਾਨੂੰ ਆਪਣੇ ਇਲਾਕੇ ਦੀ ਵਿਕਾਸ ਦੀ ਅਤੇ ਵਿਖਾ ਦਿਆ ਕਰਾਂਗੇ, ਅਤੇ ਕਿਸਾਨੀ ਦੇ ਕਿਸਾਨ ਮਜ਼ਦੂਰ ਦੇ ਹੱਕਾਂ ਦੀ ਕੋਈ ਗੱਲਬਾਤ ਵਿਖਾਵਾਂਗੇ। ਇਹ ਉੱਚੀ ਗਲੀ ਹੈ ਸਾਡੀ ਜਿਹੜੀ ਹੈ ਪਿੰਡ ਰੱਥਕ ਦੀ, ਇਹ ਰੋਡ ਤੋਂ ਉਹਦੀ ਜਗ੍ਹਾ ਨਿਕਲ ਜਾਂਦੀ ਹੈ। ਅਤੇ ਸਤਿ ਸ਼੍ਰੀ ਅਕਾਲ ਜੀ।